मोदी के वायदे कांग्रेस ने किए पूरे। जी हां, देश के प्रधानमंत्री श्री नरेंद्र मोदी ने 2014 के चुनाव से पहले जो वायदे लोगों से किए थे कि उनके खातों में 15-15 लाख रुपए डाले जाएंगे और नौजवानों को लैपटॉप दिए जाएंगे, उन वायदों को लेकर संगरूर में कांग्रेस ने लोगों को नकली नोट और बच्चों को लैपटॉप बांटकर मोदी सरकार को उनके वायदे याद करवाए। साथ ही मोदी व सुखबीर बादल के मखौटे पहनकर प्रदर्शन भी किया गया। आजाद टीवी न्यूज के लिए संगरूर से संजीव गोयल की रिपोर्ट। जो नरेंद्र मोदी ने 2014 दे विच जदों इलेक्शन हुई है उदों ने पूरे हिंदुस्तान दे लोकां नाल इक वादा कीता सी, वादे बहुत कीते सी, पर 2 करोड़ नौकरी हर साल देण दा वादा, काला धन वापस लैके आउण दा वादा, होर बड़े वादे कीते सी, पर जिहड़े हिंदुस्तान दे लोकां ने जिहड़े उत्साह नाल वोटां पाईआं सी ਉਹ ਹੈਗਾ ਸੀ ਵਾਅਦਾ 15-15 ਲੱਖ ਰੁਪਏ ਦਾ। ਨਰਿੰਦਰ ਮੋਦੀ ਨੇ ਪੂਰੇ ਦੇਸ਼ ਦੇ ਲੋਕਾਂ ਨੂੰ 2014 ਦੇ ਵਿੱਚ ਲੁੱਟਿਆ ਸੀ, ਉਦੋਂ ਗੁੰਮਰਾਹ ਕੀਤਾ ਸੀ ਕਿ ਤੁਹਾਡੇ ਇਕੱਲੇ ਖਾਤੇ ਦੇ ਵਿੱਚ 15-15 ਲੱਖ ਰੁਪਇਆ ਜਿਹੜਾ ਮੈਂ ਪਾਊਂਗਾ। ਇਸ ਉਤਸ਼ਾਹ ਨਾਲ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ, ਪਰ ਉਹ ਜੁਮਲਾ ਨਿਕਲਿਆ। ਅਸੀਂ ਅੱਜ ਇਸ ਪ੍ਰੋਟੈਸਟ ਰਾਹੀਂ, ਕਿਉਂਕਿ ਅੱਜ ਜਿਹੜਾ ਅੰਤਿਮ ਬਜਟ ਜਿਹੜਾ ਪੇਸ਼ ਹੋ ਰਿਹਾ, ਜੋ ਮੋਦੀ ਸਰਕਾਰ ਦਾ ਆਖਰੀ ਜਿਹੜਾ ਬਜਟ ਅੱਜ ਪੇਸ਼ ਹੋ ਰਿਹਾ, ਸਾਡੇ ਪ੍ਰੋਟੈਸਟ ਦਾ ਇਹੀ ਕਾਰਨ ਹੈ। ਅਸੀਂ ਮੋਦੀ ਸਾਹਿਬ ਨੂੰ ਇਹ ਯਾਦ ਕਰਵਾਉਣਾ ਚਾਹੁੰਦੇ ਹਾਂ ਕਿ ਮੋਦੀ ਸਾਹਿਬ 2014 ਦੇ ਵਿੱਚ ਜੋ ਤੁਸੀਂ ਵਾਅਦਾ ਕੀਤਾ ਸੀ 15-15 ਲੱਖ ਰੁਪਏ ਦਾ, ਤੁਸੀਂ ਕਰੋੜਾਂ ਲੋਕਾਂ ਦੇ ਖਾਤੇ ਵੀ ਖੁਲਵਾਏ ਸੀਗੇ। ਅਸੀਂ ਤੁਹਾਨੂੰ ਯਾਦ ਕਰਵਾਉਣਾ ਚਾਹੁੰਦੇ ਹਾਂ, ਤੁਹਾਡੇ ਕੋਲ 1 ਮਹੀਨੇ ਜਾਂ 1.5 ਮਹੀਨੇ ਸਮਾਂ ਬਚਿਆ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ, ਲੋਕਾਂ ਨੂੰ ਬੜੀਆਂ ਉਮੀਦਾਂ ਸੀਗੀਆਂ ਕਿ ਸਾਡੇ ਕੋਲ 15 ਲੱਖ ਰੁਪਇਆ ਆਊਗਾ, ਮੈਂ ਆਪਣੀ ਲੜਕੀ ਦਾ ਵਿਆਹ ਕਰੂੰਗਾ, ਮੇਰੇ ਮਕਾਨ ਦੀ ਬੜੀ ਖਸਤਾ ਹਾਲਤ ਹੈ। ਸਾਡੀ ਸਰਕਾਰ ਨੇ ਵਾਅਦੇ ਕੀਤੇ ਨੇ, ਸਾਨੂੰ ਤਾਂ ਹਜੇ 2 ਸਾਲ ਹੀ ਹੋਏ ਨੇ। ਮੋਦੀ ਸਰਕਾਰ ਨੂੰ ਤਾਂ ਅੱਜ 4 ਸਾਲ ਹੋ ਚੁੱਕੇ ਨੇ, ਉਹਨਾਂ ਨੇ 4 ਸਾਲ ਤੋਂ ਉੱਪਰ ਹੋ ਚੁੱਕੇ ਨੇ। ਉਹਨਾਂ ਨੇ 15-15 ਲੱਖ ਰੁਪਏ ਦਾ ਹਰੇਕ ਗਰੀਬ ਬੰਦੇ ਨੂੰ, ਹਰ ਇੱਕ ਨੂੰ 15-15 ਲੱਖ ਰੁਪਏ ਦਾ ਕਹਿੰਦੇ ਸੀਗੇ ਅਕਾਊਂਟ 'ਚ ਪਾਵਾਂਗੇ। ਗਰੀਬਾਂ ਦੇ ਖਾਤੇ ਵੀ ਖੁਲਵਾਏ ਗਏ, ਉੱਥੋਂ 200-200 ਰੁਪਏ ਜਮ੍ਹਾਂ ਵੀ ਕਰਾਇਆ ਗਿਆ, ਇੰਨਾ ਪੈਸਾ ਵੀ ਇਕੱਠਾ ਕੀਤਾ। ਕਿਸੇ ਦੇ ਵੀ ਖਾਤੇ ਵਿੱਚ ਅੱਜ ਤੱਕ 15-15 ਲੱਖ ਰੁਪਏ ਨਹੀਂ ਆਇਆ, 4 ਸਾਲ ਤੋਂ ਉੱਤੇ ਹੋ ਚੁੱਕੇ। ਅਸੀਂ ਇਸ ਕਰਕੇ ਅੱਜ ਨਕਲੀ ਨੋਟ ਵੰਡ ਕੇ ਉਹ ਮੋਦੀ ਦਾ ਵਿਰੋਧ ਕੀਤਾ ਹੈ, ਇਸ ਕਰਕੇ ਅਸੀਂ ਅੱਜ ਨਕਲੀ ਨੋਟ ਅਤੇ ਸੁਖਬੀਰ ਬਾਦਲ ਦੇ ਕੰਪਿਊਟਰ। ਮਤਲਬ ਲੇਡੀਜ਼ ਨੂੰ ਜ਼ਿਆਦਾ ਸਮੱਸਿਆ ਆ ਰਹੀ ਹੈ, ਕਿਉਂਕਿ ਗੈਸ ਸਿਲੰਡਰ ਬਹੁਤ ਜ਼ਿਆਦਾ ਮਹਿੰਗੇ ਨੇ, ਆਲੂ ਪਿਆਜ਼ ਟਮਾਟਰ ਮੋਦੀ ਸਰਕਾਰ ਨੇ ਇੰਨੇ ਜ਼ਿਆਦਾ ਮਹਿੰਗੇ ਕਰਤੇ ਕਿ ਹਰ ਇੱਕ ਲੇਡੀਜ਼ ਨੂੰ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਹੈ ਜੀ। ਸਾਨੂੰ ਤਾਂ ਇਹੀ ਮੰਗ ਹੈ ਕਿ ਜਿਹੜਾ ਟਾਈਮ ਮੋਦੀ ਦਾ ਰਹਿੰਦਾ ਥੋੜ੍ਹਾ ਜਿਹਾ, ਉਹਦੇ 'ਚ ਕੁਛ ਨਾ ਕੁਛ ਤਾਂ ਮਹਿਲਾ ਲਈ ਕੁਛ ਨਾ ਕੁਛ ਕਰਨ ਨਾ।